ਸਟੂਡੈਂਟ ਅੱਜ ਅਸੀਂ ਕਰਾਂਗੇ ਈਮੇਲ ਜਿਹੜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਤੇ ਸਭ ਤੋਂ ਪਹਿਲਾਂ ਬੇਟਾ ਤੁਹਾਡੀ ਡੇਅ ਸ਼ਿਫਟ ਆ ਚੁੱਕੀ ਹੈ ਜਿਹੜਾ ਕਿ 22 ਅਪ੍ਰੈਲ ਨੂੰ ਤੁਹਾਡੇ ਪੇਪਰ ਸ਼ੁਰੂ ਨੇ ਜਿਹੜੇ ਜਿਹੜੇ ਸਬਜੈਕਟ ਦੇ ਅਕੋਰਡਿੰਗਲੀ ਤੇ ਤੁਹਾਡੇ ਹੋਣਗੇ ਤੇ ਇਸ ਤੋਂ ਬਾਅਦ ਇਹ ਕਿ ਇੰਪੋਰਟੈਂਟ ਜਿਹੜੇ ਈਮੇਲ ਅਹੀਂ ਜਿਹੜੇ ਕਰਨਾ ਸ਼ੁਰੂ ਕਰ ਦਿੱਤੇ ਪਹਿਲੀ ਵੀਡੀਓ ਚ ਅਹੀਂ ਪਾਏ ਨੇ 1 ਤੋਂ ਲੈ ਕੇ 5 ਤੱਕ ਤੇ ਹੋਣਾ ਹੀ ਕਰਨਾ ਇਸ ਤੋਂ ਲੈ ਕੇ 11 ਤੱਕ ਤੇ ਬੇਟਾ ਤੁਹਾਡਾ ਸਭ ਤੋਂ ਪਹਿਲਾਂ ਹੈਗਾ 6 ਨੰਬਰ ਦਾ ਰਾਈਟ ਐਂਡ ਈਮੇਲ ਟੂ ਦਾ ਕੋਲੀਗ ਅਬਾਊਟ ਆਫ ਹਿਸ ਸੈਲਰੀ ਰਿਪੋਰਟ ਮਤਲਬ ਕਹਿੰਦੇ ਨੇ ਕਿ ਆਪਣੇ ਕੋਲੀਗ ਨੂੰ ਈਮੇਲ ਕਰ ਜਿਹਦੇ ਵਿੱਚ ਹੈ ਨਾ ਆਪਣੀ ਸੈਲਰੀ ਦੀ ਜਿਹੜੀ ਰਿਪੋਰਟ ਮੰਗੀ ਹੈ ਅਸੀਂ ਕਿਹ ਕੋ ਮੰਗੀ ਹੈ ਸੈਲਰੀ ਦੀ ਰਿਪੋਰਟ ਤਾਂ ਹੀ ਈਮੇਲ ਕਰਾਂਗੇ ਉਹਨਾਂ ਨੂੰ ਪਹਿਲਾਂ ਹੀ ਈਮੇਲ ਲਿਖ ਲੈਣਾ ਡੇਟ ਲਿਖਨੀ ਆ ਟਾਈਮ ਲਿਖਣਾ ਸੀਸੀ ਕਾਰਬਨ ਕਾਪੀ ਜੋ ਵੀ ਹੈ ਉਹ ਲਿਖਣਾ ਫਿਰ ਸਬਜੈਕਟ ਜ਼ਰੂਰ ਲਿਖਣਾ ਸਬਜੈਕਟ ਸਾਡਾ ਕੀ ਹੈ ਕਿ ਸੈਲਰੀ ਰਿਪੋਰਟ ਆਪਣੀ ਸੈਲਰੀ ਰਿਪੋਰਟ ਲੈਣ ਵਾਸਤੇ ਤੇ ਹੈਲੋ ਨਵੀਰ ਆਈ ਰਿਸੀਵਡ ਯੂਅਰ ਈਮੇਲ ਯਸਟਰਡੇ ਕਹਿੰਦਾ ਕਿ ਮੈਂ ਤੁਹਾਡੀ ਜਿਹੜੀ ਈਮੇਲ ਹੈ ਯਸਟਰਡੇ ਕੱਲ ਰਿਸੀਵ ਕੀਤੀ ਹੈ ਆਸਕਿੰਗ ਫੋਰ ਦਾ ਡਿਟੇਲ ਆਫ ਜੀਪੀਐਫ ਐਂਡ ਸੈਲਰੀ ਫੋਰ ਦਾ ਫਰਸਟ ਕੁਆਟਰ ਆਫ ਇਸ ਫਾਈਨੈਂਸ਼ੀਅਲ ਇਅਰ ਕਹਿੰਦਾ ਕਿ ਤੂੰ ਇਸ ਸਾਲ ਦੀ ਜਿਹੜੀ ਵਿੱਤੀ ਆਪਣੀ ਜਿਹੜੀ ਸੈਲਰੀ ਤੇ ਜੀਪੀਐਫ ਬਾਰੇ ਪੁੱਛਿਆ ਵਾ ਤੇ ਉਹਦਾ ਦੱਸਣਾ ਕਹਿੰਦੇ ਆਈ ਹੈਵ ਪ੍ਰਪੇਅਰ ਯੂਅਰ ਸੈਲਰੀ ਰਿਕਾਰਡ ਫॉर ਥਿਸ ਪੀਰੀਅਡ ਐਂਡ ਆਈ ਏਮ ਸੈਂਡਿੰਗ ਦਾ ਕੰਪਲੀਟ ਡਿਟੇਲ ਆਫ ਯੂਅਰ ਸੈਲਰੀ ਇਨਕਲੂਡਿੰਗ ਯੂਅਰ ਟੈਸਟ ਡਿਟੈਕਸ਼ਨ ਐਂਡ ਜੀ ਪੀ ਐਫ ਬੈਲੈਂਸ ਟੀਲ 30 ਜਨਵਰੀ 2002 ਹਾਂ ਕਹਿੰਦੇ ਕਿ ਮੈਂ ਤਾਂ ਸਾਰੀ ਜਿਹੜੀ ਰਿਪੋਰਟ ਹੈ ਸੈਲਰੀ ਦੀ ਵਿੱਚ ਤੁਹਾਡੇ ਜਿਹੜੇ ਟੈਕਸ ਇਨਕਲੂਡ ਨੇ ਉਹ ਸਾਰਾ ਕੁਝ ਔਰ ਜੀਪੀਐਫ ਜਿਹੜੀ ਇਹ ਮੈਂ ਤਿਆਰ ਕਰ ਲਈ ਹੈ ਯੂ ਆਰ ਆਲਵੇਜ਼ ਵੈਲਕਮ ਕਹਿੰਦੇ ਕਿ ਇਸ ਤੋਂ ਇਲਾਵਾ ਜੇ ਤੁਸੀਂ ਹੋਰ ਵੀ ਨੋਲੇਜ ਲੈਣਾ ਚਾਹੁੰਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨ ਮਤਲਬ ਵੈਲਕਮ ਹੈ ਇਫ ਐਨੀ ਮੋਰ ਇਨਫੋਰਮੇਸ਼ਨ ਇਜ਼ ਰਿਕਵਾਇਰਡ ਜੇ ਤੁਸੀਂ ਹੋਰ ਇਨਫੋਰਮੇਸ਼ਨ ਲੈਣੇ ਚਾਹੁੰਦੇ ਹੋ ਤੇ ਤੁਹਾਡਾ ਮੈਂ ਹਮੇਸ਼ਾ ਮਤਲਬ ਵੈਲਕਮ ਕਰਾਂਗਾ ਕਿ ਤੁਸੀਂ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਤੇ ਇਹ ਹੋ ਗਿਆ ਬੇਟਾ ਜੀ ਦੂਸਰਾ ਹੈਗਾ 7 ਨੰਬਰ ਤੇ ਕਹਿੰਦੇ ਰਾਈਟ ਐਨ ਈਮੇਲ ਟੂ ਫਰੈਂਡ ਆਪਣੇ ਮਿੱਤਰ ਨੂੰ ਇੱਕ ਨੂੰ ਈਮੇਲ ਲਿਖੋ ਲਿਖੀ ਹੈ ਹੂ ਹੈਡ ਰਿਕਵੈਸਟਡ ਯੂ ਫੋਰ ਡੋਨੇਸ਼ਨ ਫੋਰ ਫਲਡ ਰਿਲੀਫ ਕੈਂਪ ਬਿੰਗ ਕੈਂਪ ਬੀنگ ਆਰਗੇਨਾਈਜ਼ ਫੋਰ ਵਿਕਟਮ ਜਿੰਨੇ ਕੇ ਮਤਲਬ ਆਪਣਾ ਜਿਹੜਾ ਕੈਂਪ ਤੁਹਾਡਾ ਕੋਈ ਦੋਸਤ ਹੈ ਉਹਨੇ ਬਲੱਡ ਪੀਰਤਾ ਜਿਹੜਾ ਫਲੱਡ ਆਇਆ ਵਾ ਫਾੜ ਆਇਆ ਵਾ ਉਹਨਾਂ ਵਾਸਤੇ ਇੱਕ ਜਿਹੜਾ ਕੈਂਪ ਜਿਹੜਾ ਕੀਤਾ ਵਾ ਉਹਦੇ ਵਾਸਤੇ ਤੁਸੀਂ ਲਿਖਣਾ ਤੇ ਪਹਿਲਾਂ ਤੁਸੀਂ ਈਮੇਲ ਆਈਡੀ ਦੋਗੇ ਡਰੈਸ ਦੋਗੇ ਤੇ ਸਬਜੈਕਟ ਕੀ ਹੈ ਡੋਨੇਸ਼ਨ ਫੋਰ ਫਲੱਡ ਵਿਕਟਮ ਮਤਲਬ ਹਾਰਡ ਪੀਰਤਾ ਦੀ ਮਦਦ ਲਈ ਜਿਹੜੀ ਡੋਨੇਸ਼ਨ ਭੇਜਣੀ ਹੈ ਤੇ ਹੈਗਾ ਕਿ ਡੀਅਰ ਮਹਿੰਦਰ ਤੇ ਆਈ ਰੀਸੀਵ ਯਰ ਕਮਿਊਨੀਕੇਸ਼ਨ ਰਿਗਾਰਡਿੰਗ ਯੂਅਰ ਐਫਰਟ ਟੂ ਅਰੇਂਜ ਫੂਡ ਕਲੋਥ ਬਲੈਕਰਡ ਐਂਡ ਮੈਡੀਸਨ ਫੋਰ ਦਾ ਫਲੈਡ ਵਿਕਟਮ ਇਨ ਜੰਮੂ ਰੀਜਨ ਕਹਿੰਦਾ ਕਿ ਮੈਨੂੰ ਤੁਹਾਡੇ ਜਿਹੜਾ ਜੇ ਨਹੀਂ ਤੂੰ ਇਹ ਕੋਸ਼ਿਸ਼ਾਂ ਕਰਦੇ ਪਿਓ ਜਿਹੜੇ ਜਿਹੜਾ ਕਿ ਜੰਮੂ ਦੇ ਵਿੱਚ ਹੜਾ ਆਇਆ ਵਾ ਤੇ ਉਹਨਾਂ ਦੀ ਹੈਲਪ ਕਰਨ ਵਾਸਤੇ ਜਿਹੜੇ ਤੂੰ ਚੀਜ਼ਾਂ ਇਕੱਠੀਆਂ ਕਰਦੇ ਪਿਓ ਜਿਸਾ ਕਿ ਫੂਡ ਹੈ ਕਲੋਥ ਹੈ ਕੰਬਲ ਹੈ ਮੈਡੀਸਨ ਹੈ ਇਹਨਾਂ ਬਾਰੇ ਮੈਂ ਸੁਣਿਆ ਵਾ ਆਈ ਰੀਲੀ ਐਪਰੀਸ਼ੀਏ ਯਰ ਆਈ ਰੀਲੀ ਐਪਰੀਸ਼ੀਏ ਯਰ ਇਨ ਇਨਸੈਂਟਿਵ ਮਤਲਬ ਕਿ ਜਿਹੜਾ ਤੁਹਾਡਾ ਇਨਸੈਂਟਿਵ ਮਤਲਬ ਕਿ ਜਿਹੜਾ ਇਸ ਮੈਟਰ ਵਿੱਚ ਤੁਸੀਂ ਪਹਿਲ ਕਦਮੀ ਕੀਤੀ ਹੈ ਜਿਹੜੇ ਤੁਸੀਂ ਪਹਿਲ ਕੀਤੀ ਹੈ ਉਹਦੇ ਵਾਸਤੇ ਮੈਂ ਤੁਹਾਨੂੰ ਰੀਅਲੀ ਐਪਰੀਸ਼ੀਏਟ ਕਰਦਾ ਮੈਂ ਤੁਹਾਡੀ ਬਹੁਤ ਜ਼ਿਆਦਾ ਤਾਰੀਫ ਕਰਦਾ ਐਸ ਆਮ ਐਸ ਆਈ ਐਮ ਆਊਟ ਆਫ ਦਾ ਕੰਟਰੀ ਫੋਰ ਦਾ ਨੈਕਸਟ 2 ਵੀਕ ਕਹਿੰਦਾ ਕਿ ਮੈਂ ਜਿਹੜਾ 2 ਹਫਤੇ ਵਾਸਤੇ ਆਊਟ ਆਫ ਕੰਟਰੀ ਗਿਆ I would not be available immediately for this ਕਹਿੰਦਾ ਕਿ ਮੈਂ ਨਾ ਮਤਲਬ ਇਹ ਇੱਕਦਮ ਜਲਦੀ ਨਾਲ ਨਹੀਂ ਆ ਸਕਦਾ ਅਵੇਲੇਬਲ ਨਹੀਂ ਹੋ ਸਕਦਾ ਫੋਰ ਦਾ ਟਾਈਮ ਬੀਂਗ ਮਤਲਬ ਇਸ ਕਰਕੇ ਮੈਨੂੰ ਮੁਸ਼ਕਲ ਹੈ ਕਿ ਮੈਂ ਨਹੀਂ ਆ ਸਕਦਾ ਇਸ ਟਾਈਮ ਆਈ ਐਮ ਟ੍ਰਾਂਸਫਰਿੰਗ ਟ੍ਰਾਂਸਫਰਿੰਗ ਰੁਪੀਸ 25000 to your account as donation for mobilization ਆਫ ਆਲ ਥਿਸ ਰਿਸੋਰਸ ਤੇ ਕਹਿੰਦੇ ਕਿ ਮੈਂ ਨਾ ਆਤ ਨਹੀਂ ਸਕਦਾ ਇੱਥੇ ਅਵੇਲੇਬਲ ਤੇ ਨਹੀਂ ਹੋ ਸਕਦਾ ਲੇਕਿਨ ਮੈਂ ਇਹਨਾਂ ਦੀ ਹੈਲਪ ਕਰਨ ਦੇ ਵਾਸਤੇ ਤੁਹਾਡੇ ਅਕਾਊਂਟ ਵਿੱਚ ਜਿਹੜਾ 25000 ਰੁਪਏ ਜਿਹੜਾ ਪੇ ਦਿੱਤਾ ਯੂ ਮਸਟ ਇਨਵੋਲਵ ਐਸ ਮੈਨੀ ਫਰੈਂਡ ਐਸ ਪੋਸਿਬਲ ਕਹਿੰਦਾ ਕਿ ਤੁਸੀਂ ਮਤਲਬ ਮਤਲਬ ਮੈਂ ਆਪਣੇ ਵੱਲੋਂ ਹੈਲਪ ਇਹ ਪੇਜੀ ਹੈ ਤਾਂ ਤੁਸੀਂ ਇਸ ਚੰਗੇ ਕੰਮ ਦੇ ਵਾਸਤੇ ਲੋਕਾਂ ਦੀ ਹੈਲਪ ਵਾਸਤੇ ਤੁਸੀਂ ਹੋਰ ਵੀ ਆਪਣੇ ਫਰੈਂਡਸ ਨੂੰ ਇਨਕਲੂਡ ਕਰੋ ਤੇ ਕਹਿੰਦਾ ਕਿ ਜੇ ਤੁਹਾਨੂੰ ਮੈਨੂੰ ਟਾਈਮ ਲੱਗਾ ਤੇ ਮੈਂ ਵੀ ਆਣ ਕੇ ਫੋਰ ਦਾ ਟਾਈਮ ਬਿੰਗ ਮਤਲਬ ਜੇ ਮੈਨੂੰ ਟਾਈਮ ਲੱਗਾ ਤੇ ਮੈਂ ਵੀ ਤੁਹਾਡੇ ਇਸ ਕੰਮ ਵਿੱਚ ਸ਼ਾਮਲ ਹੋ ਜਾਗਾ ਆਈ ਵਿਲ ਬੀ ਵਿਦ ਯੂ ਐਜ਼ ਸੂਨ ਐਜ਼ ਆਈ ਐਮ ਬੈਕ ਕਹਿੰਦਾ ਕਿ ਜਦੋਂ ਮੈਂ ਵਾਪਸ ਆਇਆ ਤੇ ਮੈਂ ਵੀ ਤੁਹਾਡੇ ਕੰਮ ਵਿੱਚ ਸ਼ਾਮਲ ਹੋ ਜਾਗਾ ਜਿਹੜਾ ਕਿ ਮੈਂ ਤੁਹਾਨੂੰ ਬੇਟਾ ਪਹਿਲਾਂ ਦੱਸ ਚੁੱਕੀ ਹਾਂ ਠੀਕ ਹੈ ਤੇ ਇਹਦੇ ਵਿੱਚ ਤੁਹਾਡਾ ਰਿਗਾਰਡ ਹੈ ਉਹ ਤੁਸੀਂ ਕਰੋਗੇ नाम लिख दोगे अगे है बेटा जी कहते राइट एंड ईमेल टू योर फ्रें टू योर स्कूल प्रिंसीपल फॉर इशिंग ए स्कूल लिविंग सर्टिफिकेट स्कूल लिविंग वास्ते फिर सब तो पहला आई डी भेजो अपनी ठीक है सबजैक्ट की है रिक्वेस्ट फॉर स्कूल लिविंग सर्टिफिकेट कहते कि आई एम द स्टूडेंट ऑफ ट्वेल्व ऑफ यूर स्कूल मैं तावीं कलास दात्रा ਤੇ ਮਾਈ ਫਾਦਰ ਇਜ਼ ਸ਼ਿਫਟਿੰਗ ਹਿਸ ਬਿਜ਼ਨਸ ਟੂ ਚੰਡੀਗੜ੍ਹ ਤੇ ਜਿਹੜਾ ਮੇਰਾ ਫਾਦਰ ਦਾ ਬਿਜ਼ਨਸ ਹੈ ਚੰਡੀਗੜ੍ਹ ਸ਼ਿਫਟ ਹੋ ਗਿਆ ਹੈ ਦਾ ਹੋਲ ਫੈਮਿਲੀ ਹੈਜ਼ ਟੂ ਮੂਵ ਟੂ ਚੰਡੀਗੜ੍ਹ ਤੇ ਸਾਰਾ ਪਰਿਵਾਰ ਸਾਰਾ ਪਰਿਵਾਰ ਜਿਹੜਾ ਹੈ ਚੰਡੀਗੜ੍ਹ ਜਾ ਰਿਹਾ ਹੈ ਬੀਇੰਗ ਇਨ ਅ ਨਿਊਕਲੀਅਰ ਫੈਮਿਲੀ ਹੈਵ ਟੂ ਸਟੇ ਵਿਦ ਮਾਈ ਪੇਰੈਂਟਸ ਅਵੇ ਤੇ ਮਤਲਬ ਸਿੰਗਲ ਨਿਊਕਲੀਅਰ ਛੋਟਾ ਪਰਿਵਾਰ ਹੈ ਤੇ ਹੀ ਆਪਣੇ ਪਿਤਾ ਆਪਣੇ ਪੇ ਮਾਤਾ ਪਿਤਾ ਨਾਲ ਰਹਿ ਰਹੇ ਆ ਨਿਊਕਲੀਅਰ ਫੈਮਿਲੀ ਹੱਡੀ ਵੀ ਸ਼ੈਲ ਬੀ ਮੂਵਿੰਗ ਫਰੋਮ ਦਾ present location within week i have to a regular student in your class and have cleared all the due kenda ki ha matlab eh sara parivar jehda utthe ja rahe ha next week te main ek regular student ha te mera sara jehda pichla balance hai due feesa wagera dittiyan hoyian han यू आर रिक्वेस्टिड टू इशू माए मी माई स्कूल लिविंग सर्टिफिकेट इस करके मैं बेनती करता हाँ कि ती मेरा स्कूल लिविंग सर्टिफिकेट दे दो आई शैल बी थैंकफुल टू यू फॉर दिस प्रमोटिव एक्शन प्रमोटिव एक्शन तो कहें इस वह काम के, के का दे वास्ते मैं थैंकफुल होवर तु कलास लिखना यू आर ओविडेंटली लिखना तो कलास लिखनी नहीं है ठीक है नाम लिखना नैक्सट बेटा जी कहें कि राइट एंड ईमेल टू यू ਕਲਾਸ ਟੀਚਰ ਆਪਣੀ ਕਲਾਸ ਟੀਚਰ ਨੂੰ ਤੁਸੀਂ ਇੱਕ ਲੈਟਰ ਲਿਖਣਾ ਇਨ ਦਾ ਸਕੂਲ ਆਸਕਿੰਗ ਫੋਰ ਆਸਕਿੰਗ ਹਰ ਫੋਰ ਐਨ ਐਕਸਟੈਂਸ਼ਨ ਆਫ ਲੀਵ ਕਹਿੰਦਾ ਕਿ ਤੁਸੀਂ ਆਪਣੀ ਛੁੱਟੀਆਂ ਵਧਾਣਾ ਚਾਹੁੰਦੇ ਹੋ ਤੇ ਆਪਣੀ ਕਲਾਸ ਟੀਚਰ ਨੂੰ ਈਮੇਲ ਲਿਖੋ ਪਹਿਲਾਂ ਇਸ ਤਰ੍ਹਾਂ ਹੀ ਆਈਡੀ ਲਿਖ ਲੈਣੀ ਹੈ ਫਿਰ ਸਬਜੈਕਟ ਜ਼ਰੂਰੀ ਹੈ ਇਹ ਮੈਂ ਅੱਗੇ ਵੀ ਤੁਹਾਨੂੰ ਰਿਪੀਟ ਕਰਤਾ ਬੇਟਾ ਤੇ ਰਿਕੁਐਸਟ ਫੋਰ ਐਕਸਟੈਂਸ਼ਨ ਆਫ ਲੀਵ ਛੁੱਟੀ ਵਧਾਉਣ ਵਾਸਤੇ ਕਹਿੰਦੇ ਨੇ ਕਿ ਮੈਡਮ ਆਈ ਐਮ ਦਾ ਸਟੂਡੈਂਟ ਆਫ 12 ਆਫ ਯੂਅਰ ਸਕੂਲ ਆਈ ਹੈਡ ਸਮ ਟੂ ਅਟੈਂਡ ਆਈ ਹੈਵ ਕਮ ਟੂ ਅਟੈਂਡ ਮਾਈ ਕਜ਼ਨਸ ਮੈਰਿਜ ਦੇਹਰਾਡੂਨ ਔਨ 25 ਮਾਰਚ ਆਈ ਵਾਸ ਟੂ ਰਿਟਰਨ ਔਨ 28 ਮਾਰਚ ਔਨ 29 ਆਫਟਰਨੂਨ ਕਹਿੰਦਾ ਕਿ ਮੈਂ ਤੁਹਾਡੇ ਕਲਾਸ ਤੁਹਾਡੇ ਮਤਲਬ ਸਟੂਡੈਂਟ ਆ 12ਵੀਂ ਕਲਾਸ ਦਾ ਤੇ ਮੈਂ ਮਤਲਬ ਆਪਣੇ ਜਿਹੜਾ ਹੈਗਾ ਕਜਨ ਹੈ ਉਹਦੀ ਮੈਰਿਜ ਅਟੈਂਡ ਕਰਨ ਵਾਸਤੇ ਦੇਰਾ ਦੂਣ ਗਿਆ ਹਾਂ 25 ਨੂੰ ਤੇ ਮੈਂ 28 ਨੂੰ ਵਾਪਸ ਆਉਣਾ ਹੀ 29 ਦੀ ਜਿਹੜੀ ਆਫਟਰਨੂਨ ਹੈ ਉਹਦੋਂ ਤੇ ਕਹਿੰਦਾ ਕਿ ਮਾਈ ਗ੍ਰਾਂਟ ਮਦਰ ਹੈਡ ਅ ਹਾਰਟ ਅਟੈਕ ਐਂਡ ਵਾਸ ਆਪਰੇਟਿਡ ਆਪਰੇਡ ਅਪ ਓਨ ਦਾ ਸੇਮ ਨਾਈਟ ਕਹਿੰਦਾ ਕਿ ਉਹਨਾਂ ਨੂੰ ਅਚਾਨਕ ਜਿਹੜਾ ਹੈ ਹਾਰਟ ਅਟੈਕ ਆ ਗਿਆ ਤੇ ਉਹਨਾਂ ਨੂੰ ਆਪਰੇਟ ਕਰਨਾ ਪਿਆ ਕਰਨਾ ਹੀ ਉਸੇ ਰਾਤ ਬਟ ਹਰ ਕੰਡੀਸ਼ਨ ਇਜ਼ ਸਟਿਲ ਵੈਰੀ ਕ੍ਰਿਟੀਕਲ ਉਹ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਜਿਹੜੀ ਹੀ ਉਹ ਖਰਾਬ ਹੀ ਐਜ਼ ਰਿਜ਼ਲਟ ਵੀ ਹੈਵ ਬੀਨ ਐਡਵਾਈਸ ਮਾਈ ਦਾ ਡਾਕਟਰ by the doctor do not to shift her for a least year to four year days kenda ki unna di jehri critical condition hi pehla te hun te theek hai te jadon matlab unna ne phir doctor de advise ditti hai ki tu hi matlab do hafte matlab tin ya char din tak tu hi itho shift nahi ho sakte i have always been very very close to my grand mother and pray for her ਹੈ ਰਿਕਵਰੀ ਐ ਰਿਕਵਰੀ ਤੇ ਕਹਿੰਦਾ ਕਿ ਮੈਂ ਹਮੇਸ਼ਾ ਆਪਣੀ ਮਾਂ ਜਿਹੜੀ ਗਰਾਂਟ ਮਾਂ ਦਾਦੀ ਮਾਂ ਦੇ ক্লোਜ ਰਿਆਂ ਤੇ ਉਹਦੇ ਵਾਸਤੇ ਜਿਹੜੀ ਉਹਨਾਂ ਦੀ ਤੰਦਰੁਸਤੀ ਵਾਸਤੇ ਜਿਹੜੀ ਰਿਕਵਰੀ ਹੈ ਉਹਨਾਂ ਦੇ ਵਾਸਤੇ ਮੈਂ ਪ੍ਰੇਅਰ ਕਰਨਾ ਕਰਦਾ ਵਾਂ ਕਾਂਡਲੀ ਐਕਸਟੈਂਡ ਮਾਈ ਲੀਵ ਫੋਰ ਅ ਵੀਕ ਤੇ ਕਹਿੰਦਾ ਕਿ ਕਿਰਪਾ ਕਰਕੇ ਤੁਸੀਂ ਮੇਰੀ ਜਿਹੜੀ ਵੀਕ ਇੱਕ ਵੀਕ ਮੇਰੀ ਜਿਹੜੀ ਸਟੀਆਂ ਵਧਾ ਦਿਓ ਠੀਕ ਹੈ ਯੂਅਰ ਸਵੋਬੀਡੈਂਟਲੀ ਔਰ ਨਾਮ ਲਿਖਣਾ ਹੈ ਔਰ ਕਲਾਸ ਲਿਖਣਾ ਹੈ ਠੀਕ ਹੈ ਅਗੇ ਹੈਗਾ ਕਹਿੰਦੇ ਕਿ ਰਾਈਟ ਐਂਡ ਈਮੇਲ ਟੂ ਯਰ ਸਪਲਾਈਅਰ ਆਸਕਿੰਗ ਫੋਰ ਰੀਪਲੇਸਮੈਂਟ ਆਫ ਸਮਾਰਟਫੋਨ ਤੇ ਕਹਿੰਦੇ ਕਿ ਜਿਹੜੇ ਸਮਾਰਟਫੋਨ ਮੰਗਵਾਏ ਆ ਜਿੰਨਾ ਕੋ ਤੁਸੀਂ ਸਪਲਾਈ ਜਿਹੜੇ ਜਿਹਨੇ ਸਪਲਾਈ ਕੀਤੀ ਉਹਨੂੰ ਕਹਿਣਾ ਕਿ ਰੀਪਲੇਸਮੈਂਟ ਕਰ ਦਿਓ ਕੋਈ ਉਹਨਾਂ ਤੁਸੀਂ ਚੀਜ਼ ਮੰਗਾਈ ਹੈ ਕੋਈ ਉਹ ਦੀ ਜਿਹੜੀ ਚੀਜ਼ ਜੋ ਤੁਸੀਂ ਮੰਗਾਈ ਹੈ ਉਹਦੀ ਜਗ੍ਹਾ ਤੇ ਕੋਈ ਹੋਰ ਚੀਜ਼ ਆ ਗਈ ਹੈ ਸਭ ਤੋਂ ਪਹਿਲਾਂ ਤੁਸੀਂ ਲਿਖੋਗੇ ਐਡਰੈਸ ਲਿਖੋਗੇ ਸਬਜੈਕਟ ਹੈ ਰੋਂਗ ਸਪਲਾਈ ਆਫ ਸਮਾਰਟਫੋਨ ਮਤਲਬ ਸਮਾਰਟਫੋਨ ਦੀ ਰੋਂਗ ਸਪਲਾਈ ਹੋ ਗਈ ਹੈ ਕਹਿੰਦੇ ਕਿ ਆਈ ਪਲੇਡ ਆਈ ਪਲੇਸਡ ਔਨ ਆਰਡਰ I place an order for twenty pieces of new model of dal. लेटेस्ट समार्टफोन नोकिया एट फ्रॉम योर ऑफिस मतलब मैं ही ट्वंटी पीस जेडे ऑफिस तो समार्टफोन नोकिया एट जड़ा मंगवाया ही वी रिसीवड द पैकेट कंटेनिंग ट्वंटी मोबाइल मैं मिल गया है ट्वेंटी मोबाइल वाला बट सैडली देर आर नोट नोकिया एट दैट वी हैड ऑर्डर केंद्र कि बड़ दुख दल है कि जो मैं ऑर्डर किया नोकि एट वो तो हैगा नहीं है ਦੇ ਆਰ ਬੇਸਿਸ ਮਾਡਲ ਆਫ ਦਾ ਚਾਈਨਾ ਕੰਪਨੀ ਤੇ ਕਹਿੰਦੇ ਕਿ ਜਿਹੜਾ ਇਹ ਤੇ ਬੇਸਿਕ ਮਾਡਲ ਹੈ ਗਿਆ ਚਾਈਨਾ ਕੰਪਨੀ ਦਾ ਵੀ ਆਰ ਸੈਂਡਿੰਗ ਥੀਸ ਪੀਸ ਬੈਕ ਫੋਰ ਰੀਪਲੇਸਮੈਂਟ ਟੂ ਐਟ ਯਰ ਕਾਸਟ ਤੇ ਕਹਿੰਦੇ ਕਿ ਮੈਂ ਉਸੇ ਤਰ੍ਹਾਂ ਤੁਹਾਡੇ ਜਿਹੜੇ ਹੈਗੇ ਨੇ ਮੈਂ ਵਾਪਸ ਕਰ ਰਿਹਾ ਰੀਪਲੇਸਮੈਂਟ ਕਰ ਰਿਹਾ ਇਹਦੀ we shall appreciate your quick response ਕਹਿੰਦਾ ਮੈਂ ਤੁਹਾਡੇ ਜਿਹੜਾ ਕਵਿਕ ਤੁਸੀਂ ਰਿਸਪਾਂਸ ਮੈਨੂੰ ਦਿੱਤਾ ਉਹਦੇ ਵਾਸਤੇ ਮੈਂ ਤੁਹਾਡੀ ਤਾਰੀਫ ਕਰਦਾ ਤੁਹਾਨੂੰ ਐਪਰੀਸ਼ੀਏਟ ਕਰਦਾ ਥੈਂਕਿੰਗ ਯੂ ਐਂਡ ਅ ਰਿਗਾਰਡ ਮਤਲਬ ਤੁਹਾਡਾ ਸ਼ੁਕਰ ਕਰਦਾ ਕਿ ਤੁਸੀਂ ਮੇਰਾ ਮਤਲਬ ਪ੍ਰੋਬਲਮ ਸੋਲਵ ਕਰ ਲੋਗੇ ਮਤਲਬ ਵਾਪਸ ਰੀਪਲੇਸਮੈਂਟ ਕਰ ਦੋਗੇ ਠੀਕ ਹੈ ਤੇ ਇਸ ਤਰ੍ਹਾਂ ਬੇਟਾ ਤੁਹਾਡਾ ਅੱਗੇ ਆ ਗਿਆ ਹੈ राइट an email to your colleague information about informing ਅਬਾਊਟ ਦਾ ਚੇਂਜ ਇਨ ਸ਼ਡਿਊਲ ਆਫ ਮੀਟਿੰਗ ਵਿਦ ਕਲਾਇੰਟ ਤੇ ਇੱਕ ਹੁਣ ਤੁਸੀਂ ਈਮੇਲ ਭੇਜਣੀ ਹੈ ਜਿਹਦੇ ਆਪਣੇ ਕਲੀਗ ਨੂੰ ਕਿ ਜਿਹਦੇ ਵਿੱਚ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਹੈ ਕਿ ਸਾਡਾ ਜਿਹੜਾ ਮੀਟਿੰਗ ਦਾ ਟਾਈਮ ਹੈ ਉਹ ਚੇਂਜ ਹੋ ਗਿਆ ਠੀਕ ਹੈ ਸਭ ਤੋਂ ਪਹਿਲਾਂ ਬੇਟਾ ਜੀ ਤੁਸੀਂ ਐਡਰੈਸ ਲਿਖੋਗੇ ਈਮੇਲ ਹਨਾ ਤੇ ਸਬਜੈਕਟ ਲਿਖੋਗੇ ਚੇਂਜ ਆਫ ਸ਼ਡਿਊਲ ਆਫ ਮੀਟਿੰਗ ਮਤਲਬ ਸਮਾਂ ਜਿਹੜਾ ਹੈ ਮੀਟਿੰਗ ਦਾ ਉਹ ਚੇਂਜ ਕਰਨ ਵਾਸਤੇ ਬਦਲਣ ਵਾਸਤੇ ਕਹਿੰਦਾ ਡੀਅਰ ਜੋ ਵੀ ਨਾਮ ਲਿਖਣਾ ਲਿਖ ਸਕਦੇ ਹੋ ਆਈ ਵਿਸ਼ ਟੂ ਇਨਫੋਰਮ ਯੂ 댓 ਦਾ ਮੀਟਿੰਗ ਵਿਦ ਕਲਾਇੰਟ ਹੈਜ਼ ਬੀਨ ਪੋਸਟਪੋਨ ਕਹਿੰਦਾ ਕਿ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣਾ ਚਾਹੁੰਦਾ ਵਾਂ ਕਿ ਜਿਹੜੀ ਸਾਡੀ ਮੀਟਿੰਗ ਹੈ ਕਲਾਇੰਟ ਦੇ ਨਾਲ ਉਹ ਪੋਸਟਪੋਨ ਹੋ ਗਿਆ ਔਰ ਪ੍ਰੀਵੀਅਸਲੀ ਇਟ ਵਾਸ ਸ਼ਡਿਊਲ ਟੂ ਬੀ ਹੋਲਡ ਔਨ ਅਪ੍ਰੈਲ 5 2000 ਬਟ ਇਹ 22 ਲਿਖ ਲਓ 5 ਲਿਖਿਆ ਗਿਆ ਤੇ ਮਤਲਬ ਉਹ ਕਹਿੰਦਾ ਕਿ ਜਿਹੜੀ ਪਹਿਲਾਂ ਹੋਲਡ ਹੋਣੀ ਸੀ 5 ਅਪ੍ਰੈਲ 2022 ਲਿਖਣਾ ਬੱਚੇ ਠੀਕ ਹੈ ਬਟ ਨਾਓ ਇਟ ਵਾਸ ਬੀ ਹੋਲਡ ਓਨ 10 ਅਪ੍ਰੈਲ 2022 ਠੀਕ ਹੈ ਕਹਿੰਦਾ ਕਿ ਹੁਣ ਜਿਹੜੀ ਹੈ ਇਹ ਹੁਣ ਪਹਿਲਾਂ 5 ਨੂੰ ਹੋਣੀ ਸੀ ਤੇ ਉਸ ਤੋਂ ਬਾਅਦ ਹੁਣ ਜਿਹੜਾ ਇਹ ਦਾ ਟਾਈਮ ਚੇਂਜ ਹੋ ਗਿਆ ਪੋਸਟਪੋਨ ਹੋ ਗਿਆ ਤੇ ਹੁਣ 10 ਨੂੰ ਹੋਏਗੀ ਠੀਕ ਹੈ ਐਟ 2 ਪੀ ਐਮ ਇਨ ਦਾ ਗ੍ਰੀਨ ਪਲੇਸ ਤੇ ਉਹ ਹੀ ਜਿਹੜੀ ਜਗ੍ਹਾ ਦਾ ਨਾਮ ਕੋਈ ਵੀ ਲਿਖ ਸਕਦੇ ਹੋ ਤੁਸੀਂ kindly really note this change and make it uh, convenient uh, to attend it ਤੇ ਮਤਲਬ ਇਹ ਜਿਹੜਾ ਟਾਈਮ ਹੈ ਚੇਂਜ ਕੀਤਾ ਉਹ ਤੁਸੀਂ ਨੋਟ ਕਰ ਲਓ ਤੇ ਇਹਨੂੰ ਮਤਲਬ ਉਸ ਸਮੇਂ ਤੇ ਤੁਸੀਂ ਅਟੈਂਡ ਕਰਨਾ ਹੈ ਠੀਕ ਹੈ ਵਿਦਆਊਟ ਫੇਲ ਮਤਲਬ ਬਿਨਾ ਕਿਸੇ ਰੁਕਾਵਟ ਦੇ ਤੇ ਇਹ ਹੈਗਾ ਸਾਡਾ ਬੇਟਾ ਜੀ ਇਸ ਤੋਂ ਬਾਅਦ ਸਾਡੀ ਹਾਂ ਜੀ ਇਹ ਅਸੀਂ ਕਰ ਲਈਆਂ 6 ਤੋਂ ਲੈ ਕੇ 11 ਤੱਕ ਤੇ ਬੱਚੇ ਹਜੇ ਚਲੋ ਟਾਈਮ ਤੇ ਠੀਕ ਹੈ ਬਟ ਸਾਰੇ ਸਿਲੇਬਸ ਸੋਰੀ ਸਾਰੇ ਸਬਜੈਕਟ ਕਰਨੇ ਆ ਤੁਸੀਂ ਇੱਕ ਨਾਲ ਨਾਲ ਜਦੋਂ ਤੁਸੀਂ ਕਰਦੇ ਰਹੋਗੇ ਜਿਸ ਤਰ੍ਹਾਂ 22 ਅਪ੍ਰੈਲ ਨੂੰ ਮੈਂ ਪੇਪਰ ਪਹਿਲਾ ਜਿਹੜੇ ਸਬਜੈਕਟ ਵਾਈਜ਼ ਹੋਏਗਾ ਮੇਰੇ ਖਿਆਲ ਪੰਜਾਬੀ ਦਾ ਲੇਟ ਹੈ ਇੰਗਲਿਸ਼ ਦਾ ਉਸ ਤੋਂ ਬਾਅਦ ਹੋਏਗਾ ਮੈਂ ਪੂਰੀ ਤਰ੍ਹਾਂ ਡੇਟਸ਼ੀਟ ਨਹੀਂ ਪੜੀ ਬਸ ਇਨਫੋਰਮ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਹਾਂ 22 ਨੂੰ ਹੈ ਗਿਆ ਤੇ ਜੇ ਤੁਸੀਂ ਇੰਨਾ ਹੋਲਾ ਮਤਲ ਜਿੰਨਾ ਵੀ ਮੈਂ ਵੀਡੀਓ ਬਣਾਉਂਦੀ ਆ ਤੁਸੀਂ ਅੱਛੀ ਤਰ੍ਹਾਂ ਵੇਖਦੇ ਰਹੋ ਤੇ ਤੁਹਾਡਾ